पंजाब च कुल कॉलेज 1140 ने, उस चो सरकारी सिर्फ 47 रह गए, जेडे अज तो 4-5 साल पहला 51 होंदे सी। ਇਹਦੇ ਵਿੱਚ ਇੱਕ ਕੁਛ ਆਂਕੜਿਆਂ ਨਾਲ ਮੈਂ ਗੱਲ ਕਰੂੰਗੀ ਵੀ ਪੰਜਾਬ ਦੇ ਕਾਲਜ ਖਤਮ ਕੀਤੇ ਜਾ ਰਹੇ ਨੇ, ਜਿਹਦੇ ਵਿੱਚ ਪਹਿਲੀ ਆਪਾਂ ਉਦਾਹਰਣ ਲੈਂਦੇ ਹਾਂ ਵੀ ਜਿਹੜਾ ਗੁਰੂ ਨਾਨਕ ਕਾਲਜ ਕਾਲਾ ਅਫਗਾਨ ਹੈ, ਉਹ ਗੁਰੂ ਨਾਨਕ ਦੇਵ ਜੀ ਦੇ 500 ਪ੍ਰਕਾਸ਼ ਪੁਰਬ 'ਤੇ ਸ਼ੁਰੂ ਕੀਤਾ, 550 'ਤੇ ਉਹਨੂੰ ਖਤਮ ਕਰ ਦਿੱਤਾ ਗਿਆ। ਅਤੇ ਦੂਸਰਾ ਸਪੋਰਟਸ ਕਾਲਜ ਜਲੰਧਰ ਹੈ, ਉਹਨੂੰ ਵੀ ਖੇਡ ਕੇਂਦਰ ਦੇ ਵਿੱਚ ਤਬਦੀਲ ਕਰਤਾ ਗਿਆ। ਤੀਸਰਾ ਪ੍ਰੋਫੈਸਰ ਗੁਰਸੇਵਕ ਕਾਲਜ ਹੈ ਫਿਜ਼ੀਕਲ ਐਜੂਕੇਸ਼ਨ ਦਾ, ਉਹਨੂੰ ਮਹਾਰਾਜਾ ਭੁਪਿੰਦਰ ਯੂਨੀਵਰਸਿਟੀ ਹੈ ਜਿਹਦਾ ਉਹਦੇ ਵਿੱਚ ਤਬਦੀਲ ਕੀਤਾ ਰਿਹਾ। ਮਤਲਬ ਗੱਲ ਕੀ ਹੈ, ਬੇਸਿਕਲੀ ਤੁਸੀਂ ਹੁਣੇ ਹੀ ਸ਼ੁਰੂ ਕਰਤਾ ਵੀ ਕਾਲਜ ਜਿਹੜੇ ਬੱਚੇ ਖੁੱਚੇ ਨੇ ਉਹਨਾਂ ਨੂੰ ਅਸੀਂ ਇੱਕ ਇੱਕ ਕਰਕੇ ਜਿਹੜੇ ਕਾਲਜਾਂ ਨੂੰ ਖਤਮ ਕੀਤਾ ਜਾਵੇ। ਪੰਜਾਬ ਦੀ 3 ਕਰੋੜ ਆਬਾਦੀ ਨੂੰ ਸਿਰਫ 47 ਕਾਲਜ ਨੇ, ਹਰਿਆਣੇ ਦੀ 2.5 ਕਰੋੜ ਆਬਾਦੀ ਹੈ ਉੱਥੇ 170 ਕਾਲਜ ਨੇ, ਅਤੇ ਹਿਮਾਚਲ ਦੀ ਆਬਾਦੀ 1 ਕਰੋੜ ਤੋਂ ਵੀ ਘੱਟ ਹੈ, ਉੱਥੇ 97 ਕਾਲਜ ਨੇ। ਪੰਜਾਬ ਦੇ ਵਿੱਚ ਨਾ ਭਰਤੀਆਂ ਪਿਛਲੇ 26 ਸਾਲ ਤੋਂ ਨਹੀਂ ਹੋਈਆਂ ਟੀਚਿੰਗ ਦੀਆਂ, ਠੀਕ ਹੈ, ਰੈਗੂਲਰ ਪ੍ਰੋਫੈਸਰਾਂ ਦੀਆਂ। ਨੋਨ ਟੀਚਿੰਗ ਦੀਆਂ ਵੀ 1998 ਤੋਂ ਬਾਅਦ ਕੋਈ ਭਰਤੀਆਂ ਨਹੀਂ ਹੋਈਆਂ, ਅਤੇ 26 ਸਾਲਾਂ 'ਚ ਬਾਦਲ ਵੀ ਰਹੇ ਨੇ, ਕੈਪਟਨ ਵੀ ਰਹੇ ਨੇ, ਬਾਰੋ ਬਾਰੀ ਆ ਕੇ ਸਾਰਾ ਖਜ਼ਾਨਾ ਖਾਲੀ ਕਰਦੇ ਰਹੇ ਨੇ, ਛੱਕਦੇ ਰਹੇ ਨੇ। ਸਾਰੇ ਪੰਜਾਬ 'ਚੋਂ ਪੰਜਾਬੀ ਦੇ ਮਹਿਜ਼ 18 ਅਧਿਆਪਕ ਰਹੇ, ਮਹਿਜ਼ 18 ਪੰਜਾਬੀ ਦੇ 18 ਨੇ। ਬੋਟਨੀ, ਸਾਇੰਸ, ਮੈਥ ਜਿਹਦੀ ਆਪਾਂ ਗੱਲ ਕਰਦੇ ਨਹੀਂ, ਸਭ ਤੋਂ ਔਖੇ ਵਿਸ਼ੇ ਹੈ ਜਿਨ੍ਹਾਂ ਦੇ ਲਈ ਅਧਿਆਪਕਾਂ ਦੀ ਸੱਚਮੁੱਚ ਲੋੜ ਹੈ, ਵੱਧ ਸਾਰੇ ਵਿਸ਼ਿਆਂ ਦੀ ਲੋੜ ਹੈ। ਵੈਸੇ ਤਾਂ ਇੱਕ MA ਕਰਨੀ ਹੋਵੇ 4 ਪ੍ਰੋਫੈਸਰਾਂ ਦੀ ਲੋੜ ਹੈ ਕਿਸੇ ਵੀ ਵਿਸ਼ੇ ਦੇ ਵਿੱਚ, ਤੁਹਾਡੇ ਤਾਂ ਇੱਕ ਕਾਲਜ, ਇੱਕ ਵੀ ਕਾਲਜ ਇਹੋ ਜਿਹਾ ਨਹੀਂ ਹੋਣਾ ਜਿੱਥੇ ਪੂਰੇ 4 ਪ੍ਰੋਫੈਸਰ ਰੈਗੂਲਰ ਭਰਤੀਆਂ ਹੋਣ, 11 ਕਾਲਜ ਇਹੋ ਜਿਹੇ ਨੇ ਜਿੱਥੇ ਪ੍ਰਿੰਸੀਪਲ ਵੀ ਨਹੀਂ ਹੈਗਾ, ਪਰ 30-35 ਹਜ਼ਾਰ 'ਚ ਦੂਜੇ ਪਾਸੇ 1.5 ਲੱਖ ਰੁਪਈਏ ਦੇ ਵਿੱਚ BA ਹੁੰਦੀ ਆ ਦੂਜੇ ਪ੍ਰਾਈਵੇਟ ਕਾਲਜਾਂ 'ਚ, ਅਤੇ ਉਹ ਵਿਧਾਇਕਾਂ ਦੇ ਕਾਲਜ ਨੇ, ਉਹ ਮੰਤਰੀਆਂ ਦੇ ਕਾਲਜ ਨੇ, ਉਹ ਪ੍ਰਾਈਵੇਟ ਅਦਾਰਿਆਂ ਦੇ ਕਾਲਜ ਨੇ ਜਿਨ੍ਹਾਂ ਨੂੰ ਸਰਕਾਰ ਖੁੱਲ੍ਹੇ ਆਮ ਛੁੱਟ ਦੇ ਰਹੀ ਹੈ ਕਿ ਜੇ ਉਹਨਾਂ ਦੇ ਇੱਕ ਕਾਲਜ 'ਚ 300 ਸੀਟ ਹੋ ਸਕਦੀ ਆ ਤਾਂ ਸਰਕਾਰੀ ਕਾਲਜਾਂ ਨੇ ਇਹੋ ਜਿਹਾ ਤੁਹਾਡਾ ਕੀ ਵਿਗਾੜ ਲਿਆ ਵੀ ਉੱਥੇ 50-50 ਅਤੇ 100 ਸੀਟਾਂ ਤੁਸੀਂ ਦੇ ਰਹੇ ਹੋ। ਤਰਾਸ ਦੀ ਇਹ ਹੈ ਵੀ ਪਹਿਲਾਂ ਤਾਂ ਨੌਕਰੀ ਮਿਲੀ ਨਹੀਂ, ਚਲੋ ਹੁਣ ਇਹ ਕਹਿੰਦੇ ਸਰ 950 ਕਿੰਨੀਆਂ ਵੀ ਪੋਸਟਾਂ ਕੱਢਣੀਆਂ, ਜੇ ਅੱਜ ਇਹ ਕੱਢਦੇ ਵੀ ਨੇ, ਇਹਨਾਂ ਨੇ ਏਜ ਲਿਮਿਟ ਲਾਈ ਆ 37 ਸਾਲ, ਜੇ ਮੰਨ ਲਓ ਮੈਂ 10-20 ਸਾਲ ਪਹਿਲਾਂ ਕਰ ਲਈ PhD, ਮੈਨੂੰ ਮੇਰੀ ਭਰਤੀ ਤੁਸੀਂ ਨਹੀਂ ਕੀਤੀ, ਮੇਰੀ ਤਾਂ ਉਮਰ ਹੀ ਲੰਘ ਗਈ, ਮੈਂ ਤਾਂ ਪੱਕੀ ਭਰਤੀ ਜੋਗੀ ਵੀ ਨਹੀਂ ਬਚੀ, ਮੇਰੇ ਤਾਂ ਵਾਲ ਚਿੱਟੇ ਹੋ ਗਏ। ਇਹੋ ਜਿਹੇ ਬਥੇਰੇ ਨੇ ਸਾਡੇ ਵਿਚਕਾਰ, ਮਤਲਬ 37 ਸਾਲ ਕੋਈ ਉਮਰ ਨਹੀਂ, ਤੁਸੀਂ 90-90 ਸਾਲ ਦੇ ਸਿਵਿਆਂ 'ਚ ਤੁਹਾਡੇ ਪੈਰ ਨੇ, ਤੁਸੀਂ ਰਾਜਨੀਤੀ ਛੱਡਣ ਨੂੰ ਤਿਆਰ ਨਹੀਂ, ਤੁਸੀਂ ਆਪਦੀ ਸਾਰਾ ਦਾ ਸਾਰਾ ਪੈਸਾ ਆਪਦੇ ਢਿੱਡਾਂ ਦੇ ਵਿੱਚ ਏਡੇ ਏਡੇ ਸੂਰਾਂ ਵਾਂਗੂ ਪਲੇ ਹੋਏ ਨੇ, ਤੁਸੀਂ ਸਾਰਾ ਡਕਾਰਨਾ, ਕਿਤੇ ਖਜ਼ਾਨਾ ਲੋਕਾਂ ਕੋਲ ਨਾ ਚਲਿਆ ਜਾਵੇ, ਕਿਤੇ ਖਜ਼ਾਨਾ ਕਿਸੇ ਯੋਗ ਬੰਦੇ ਦੀ ਜੇਬ 'ਚ ਨਾ ਚਲਿਆ ਜਾਵੇ, ਕਿਤੇ